ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤ ਚੰਦਲ। ਪਿਆਰੇ ਵਿਦਿਆਰਥੀਓ, ਮਾਸਟਰ ਕੈਡਰ ਦਾ ਪੇਪਰ ਜਿਨ੍ਹਾਂ ਨੇ ਭਰਿਆ ਹੋਇਆ 3704 ਪੋਸਟਾਂ ਦੇ ਲਈ, ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ। ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰੀਓ। ਦੋ ਤਿੰਨ ਇਨਫੋਰਮੇਸ਼ਨ ਨੇ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀਆਂ ਜਾਣਗੀਆਂ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਪਬਲਿਕ ਨੋਟਿਸ ਆਇਆ 3704 ਮਾਸਟਰ ਕਾਡਰ ਪੋਸਟਾਂ ਦੇ ਲਿਖਤੀ ਟੈਸਟ ਸੰਬੰਧੀ, ਜਿਹਦੇ ਵਿੱਚ ਦੱਸਿਆ ਗਿਆ ਕਿ 28 ਫਰਵਰੀ ਨੂੰ ਜੋ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਵਿਭਾਗ ਨੇ 25 ਨਵੰਬਰ 2020 ਨੂੰ ਉਹਦੀ ਡੇਟਸ਼ੀਟ ਵੀ ਜਾਰੀ ਕਰਤੀ ਸੀ, ਪਰ ਹੁਣ ਕਹਿੰਦੇ ਕੁਝ ਤਕਨੀਕੀ ਅਤੇ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਜੋ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਹੈ ਉਹਦੇ ਵਿੱਚ ਅੰਸ਼ਿਕ ਸੋਧ ਕੀਤੀ ਗਈ ਹੈ। ਇਹ ਅਸਾਮੀਆਂ ਸੰਬੰਧੀ ਵਿਸ਼ਿਆਂ ਦਾ ਲਿਖਤੀ ਟੈਸਟ ਹੁਣ ਜਿਹੜੇ ਪੇਪਰਾਂ ਦੇ ਵਿੱਚ ਉਹਨਾਂ ਨੇ ਸੋਧ ਕੀਤੀ ਹੈ ਇਹਦੇ ਅਨੁਸਾਰ ਹੋਵੇਗਾ। ਪੰਜਾਬੀ ਦਾ ਪੇਪਰ ਹੈ ਜੋ ਹੁਣ 27/12/2020 9:30 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ ਸਵੇਰੇ। ਹਿੰਦੀ ਦਾ ਪੇਪਰ 27 ਤਰੀਕ ਨੂੰ ਹੋਵੇਗਾ 2 ਵਜੇ ਤੋਂ ਲੈ ਕੇ 4:30 ਵਜੇ ਤੱਕ, ਅਤੇ ਅੰਗਰੇਜ਼ੀ ਦਾ ਪੇਪਰ ਹੋਵੇਗਾ 28/12 ਨੂੰ 9 ਵਜੇ ਤੋਂ ਲੈ ਕੇ 9:30 ਤੋਂ ਲੈ ਕੇ 12 ਵਜੇ ਤੱਕ। ਅਤੇ ਨਾਲ ਹੀ ਇਹਦੇ ਵਿੱਚ ਦੱਸਿਆ ਗਿਆ ਕਿ ਉਪਰੋਕਤ ਵਿਸ਼ਿਆਂ ਸੰਬੰਧੀ ਜੋ ਕੈਂਡੀਡੇਟਸ ਅਪਲਾਈ ਕਰ ਚੁੱਕੇ ਨੇ ਉਹਨਾਂ ਦੇ ਰੋਲ ਨੰਬਰ ਵੀ ਆ ਗਏ ਨੇ। ਮੇਨ ਇਨਫੋਰਮੇਸ਼ਨ ਕਿ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਨੇ, ਇਹ ਰੋਲ ਨੰਬਰ ਉੱਥੇ ਭੇਜੇ ਨੇ ਜਿੱਥੇ ਰਜਿਸਟ੍ਰੇਸ਼ਨ ਕਰਨ ਸਮੇਂ ਅਕਾਊਂਟ ਬਣਾਇਆ ਸੀ ਉਹਦੇ ਵਿੱਚ ਡਾਊਨਲੋਡ ਪ੍ਰਿੰਟ ਕਰ ਸਕਣਗੇ। ਜਾਰੀ ਕੀਤੀ ਰੋਲ ਨੰਬਰ ਸਲਿੱਪ ਦੇ ਵਿੱਚ ਜੋ ਪੇਪਰ ਦਾ ਸਮਾਂ ਅਤੇ ਸਥਾਨ ਵੀ ਦਰਸਾਇਆ ਗਿਆ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਰੋਲ ਨੰਬਰ ਸਲਿੱਪ ਪੇਪਰ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ। ਸਾਇੰਸ, ਮੈਥ ਅਤੇ ਸਮਾਜਿਕ ਵਿਸ਼ਿਆਂ ਦੀ ਡੇਟਸ਼ੀਟ ਦੀਆਂ ਅਗਲੀਆਂ ਮਿਤੀਆਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਹਾਂਜੀ, ਇਹ ਵੀ ਸਪੈਸ਼ਲ ਨੋਟ ਹੈ ਜੀ, 3 ਸਬਜੈਕਟ ਨੇ ਜੋ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ, ਉਹਨਾਂ ਦੀ ਡੇਟ ਬਦਲ ਚੁੱਕੀ ਹੈ। ਇਹ ਨਵੀਂ ਡੇਟਸ਼ੀਟ ਆਈ ਹੈ ਜੋ, ਅਤੇ ਬਾਕੀ ਜੋ ਸਬਜੈਕਟ ਨੇ ਸਾਇੰਸ, ਮੈਥ ਅਤੇ ਸਮਾਜਿਕ ਸਿੱਖਿਆ, ਉਹਨਾਂ ਵਿਸ਼ਿਆਂ ਦੀ ਡੇਟਸ਼ੀਟ ਦੀਆਂ ਮਿਤੀਆਂ ਦਾ ਐਲਾਨ ਹੈ ਜੋ ਉਹ ਅੱਗੇ ਕੀਤਾ ਜਾਵੇਗਾ। ਤਾਂ ਮੈਥ, ਸਾਇੰਸ ਅਤੇ ਸਮਾਜਿਕ ਵਾਲੇ ਵੇਟ ਕਰਨ, ਹਾਲੇ ਪੇਪਰ ਕਿਹੜੀ ਡੇਟ ਨੂੰ ਹੋਵੇਗਾ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਾਲਿਆਂ ਦੇ ਪੇਪਰ ਦੀ ਡੇਟ ਹੈ ਜੋ ਆ ਚੁੱਕੀ ਹੈ, ਰੋਲ ਨੰਬਰ ਵੀ ਉਹਨਾਂ ਨੂੰ ਜਾਰੀ ਕਰ ਦਿੱਤੇ ਗਏ ਨੇ, ਤਾਂ ਤੁਸੀਂ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਹ ਰੋਲ ਨੰਬਰ ਆਪਣੇ ਡਾਊਨਲੋਡ ਕਰ ਸਕਦੇ ਹੋ। ਮਾਸਟਰ ਕਾਡਰ ਪੰਜਾਬੀ ਦੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ।